ਅੱਜ ਲੁਧਿਆਣਾ ਦੀ STF ਟੀਮ ਨੇ ਇੱਕ ਔਰਤ ਸਮੇਤ ਇੱਕ ਵਿਅਕਤੀ ਨੂੰ 0.25 ਕਿਲੋ ਹੈਰਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ STF ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਨੂਰਾਂਵਾਲਾ ਰੋਡ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਜਦ ਇੱਕ ਸਵਿਫਟ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 0.25 ਕਿਲੋ ਹੈਰਨ ਬਰਾਮਦ ਹੋਈ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਰ, 0.25 ਕਿਲੋ ਹੈਰੋਇਨ ਬਾਰੇ ਦਿਓ ਜਾਣਕਾਰੀ। ਕੱਲ੍ਹ ਸਾਡੀ STF ਲੁਧਿਆਣਾ ਜੁਆਇੰਟ ਦੀ ਟੀਮ ਦੇ ਸਬ ਇੰਸਪੈਕਟਰ ਸਰਦਾਰ ਸੁਰਿੰਦਰ ਸਿੰਘ ਨੇ ਮਾਨਯੋਗ DSP STF ਲੁਧਿਆਣਾ ਜੀ ਦੀ ਅਗਵਾਈ ਦੇ ਵਿੱਚ ਮਹੱਲਾ ਨੂਰਵਾਲਾ ਰੋਡ ਤੋਂ ਦੋ ਆਰੋਪੀਆਂ, ਇੱਕ ਸੁੱਚਾ ਸਿੰਘ ਅਤੇ ਦੂਜੀ ਰੀਨਾ ਰਾਣੀ ਵਾਸੀ ਹਨ ਸੁਨਿਆਸ ਨਗਰ ਬਸਤੀ ਯੋਧੇਵਾਲ ਲੁਧਿਆਣਾ, ਨੂੰ ਇੱਕ ਸਵਿਫਟ ਕਾਰ ਦੇ ਵਿੱਚੋਂ ਕਾਬੂ ਕਰਕੇ ਜਦੋਂ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀ ਸੀਟ ਦੇ ਹੇਠਾਂ ਲੁਕਾਈ ਹੋਈ ਕਰੀਬ 0.25 ਕਿਲੋ ਹੈਰੋਇਨ ਸਪਲਾਈ ਕਰਨ ਵਾਲੀਆਂ ਕੂੜੀਆਂ, ਕੰਡਾ, ਛੋਟਾ ਕੰਡਾ, ਚਮਚਾ ਵਗੈਰਾ, ਹੋਰ ਇਤਰਾਜਯੋਗ ਸਮੱਗਰੀ ਅਸੀਂ ਬਰਾਮਦ ਕੀਤੀ ਆ। ਇਹਨਾਂ ਦੋਨਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 302 ਥਾਣਾ ਬਸਤੀ ਯੋਧੇਵਾਲ ਦੇ ਵਿੱਚ NDPS ਐਕਟ ਦਾ ਦਰਜ ਕਰਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਦੋਵਾਂ ਆਰੋਪੀਆਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਪੁਲਿਸ ਰਿਮਾਂਡ ਹਾਸਲ ਕਰ ਰਹੇ ਹਾਂ। ਇਹ ਪਤਾ ਲਾਵਾਂਗੇ ਕਿ ਵੀ ਇਹ ਐਡੀ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਕਿੱਥੋਂ ਲਿਆਉਂਦੇ ਨੇ ਅਤੇ ਅੱਗੇ ਲੁਧਿਆਣਾ 'ਚ ਅਤੇ ਹੋਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹ ਸਪਲਾਈ ਕਰਦੇ। ਸਰ, ਇਹਨਾਂ 'ਤੇ ਪਹਿਲਾਂ ਵੀ ਮਾਮਲਾ ਦਰਜ ਹੈ ਕੋਈ, ਜਾਂ ਇਹ ਕਿੰਨੀ ਦੇਰ ਤੋਂ ਕੰਮ ਕਰ ਰਹੇ? ਜਿਹੜਾ ਇੱਕ ਆਰੋਪੀ ਸੁੱਚਾ ਸਿੰਘ ਆ, ਇਹਦੇ ਬਰਖਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ NDPS ਐਕਟ ਦਾ ਥਾਣਾ ਸਲੀਮ ਟਾਬਰੀ ਦੇ ਵਿੱਚ ਦਰਜ ਆ। ਉਹਦੇ ਵਿੱਚ ਇਹ ਪਿਛਲੇ ਸਾਲ ਹੀ ਜ਼ਮਾਨਤ ਦੇ ਬਾਹਰ ਆਇਆ ਸੀਗਾ। ਇਹਨੇ ਦੱਸਿਆ ਕਰੀਬ 5-6 ਸਾਲ ਤੋਂ ਇਹ ਨਸ਼ੇ ਦੀ ਤਸਕਰੀ ਦਾ ਧੰਦਾ ਕਰ ਰਿਹਾ ਅਤੇ ਕਾਰ ਵੀ ਇਹਨੇ। ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼ ਲੁਧਿਆਣਾ। ਇਹ ਉਸ ਦੇ ਆੜ ਦੇ ਵਿੱਚ ਇਹ ਦਿੱਲੀ ਤੋਂ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਸਪਲਾਈ ਕਰ